ਹਾਂਜੀ ਦੱਸੋ ਇਹ ਹਲੇ ਜੰਮੂ ਕਸ਼ਮੀਰ ਹੀ ਆ ਲੋਕੇਸ਼ਨ ਦੇਖੋ ਬਈ ਓਏ ਹੋਏ ਹੋਏ ਕਰਨਾ ਪੱਥਰ ਲੱਭ ਫਟਾਫਟ ਸਾਲਾ ਨੇ ਹੋਟਲ ਚ ਭੇਜਤਾ ਉਤੋਂ ਬ੍ਰੈਡ ਲੈਣ ਹੁਣ ਕਦੇ ਦੁਕਾਨ ਤੋਂ ਲੈ ਕੇ ਆਓ ਲਓ ਵੀ ਮਿੱਤਰ ਆਪਣਾ ਚਿੱਲਾ ਬਣਾ ਰਿਹਾ ਜਸਵੀ ਵੀਰਾ ਹਾਂਜੀ ਮਿੱਤਰੋ ਕੀ ਹਾਲ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ ਦੇ ਵਿੱਚ ਤੇ ਅੱਜ ਸਾਡੇ ਲੇ ਟੂਰ ਦਾ ਤੀਜਾ ਦਿਨ ਆ ਤੇ ਆਪਾਂ ਕੱਲ ਰਾਤੀ ਪਹੁੰਚ ਗਏ ਸੀਗੇ ਯਾਨੀ ਕਿ 17 ਤਰੀਕ ਨੂੰ ਕਾਰਗਿਲ ਦੇ ਵਿੱਚ ਤੇ ਅਸੀਂ 10:30 ਵਜੇ ਪਹੁੰਚੇ ਆ ਤੇ ਉਸ ਤੋਂ ਬਾਅਦ ਫਿਰ ਰੂਮ ਲੈ ਕੇ ਸੋ ਗਏ ਰੋਟੀ ਰੋਟੀ ਖਾ ਕੇ ਸੋ ਗਏ ਤੇ ਹੁਣ ਅੱਜ 18 ਤਰੀਕ ਨੂੰ ਆਪਾਂ ਨਿਕਲਣ ਲੱਗੇ ਆ ਤੇ ਆਈ ਥਿੰਕ 10:30 ਦਾ ਟਾਈਮ ਹੋ ਗਿਆ ਹੋਇਆ ਤੇ ਆਪਾਂ ਹੁਣ ਨਿਕਲਣ ਲੱਗੇ ਆ ਲੇਹ ਵਾਸਤੇ ਰਸਤੇ ਦੇ ਵਿੱਚ ਦੇਖਦੇ ਆ ਫਿਰ ਕਿਤੇ ਰਸਤੇ ਦੇ ਵਿੱਚ ਮੈਗੀ ਮੂਗੀ ਜਾਂ ਵੀ ਬਣਾ ਕੇ ਖਾ ਪੀ ਕੇ ਫਿਰ ਅੱਗੇ ਨਿਕਲਾਂਗੇ ਤੇ ਦੇਖਦੇ ਆ ਕਿੱਦਾਂ ਦੇ ਨਜ਼ਾਰੇ ਆਉਂਦੇ ਅੱਗੇ ਤੇ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਤੇ ਕਾਰਗਿਲ ਦੇ ਵਿੱਚ ਜਿਹੜਾ ਸਾਡਾ ਹੋਟਲ ਦਾ ਰੂਮ ਆ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਆਹ ਹੈਗਾ ਆਪਣਾ ਕਾਰਗਿਲ ਦਾ ਹੋਟਲ ਦਾ ਰੂਮ ਤੇ ਆਪਣੇ ਬੈਗ ਬੂਗ ਬਸ ਆਪਣੀ ਤਿਆਰੀ ਆ ਤੇ ਹਰਮਨ ਤੇ ਜਸਪ੍ਰੀਤ ਗੱਡੀ ਦੀ ਸੈਟਿੰਗ ਕਰਦੇ ਪਏ ਆ ਸਮਾਨ ਟਕਾ ਰਹੇ ਆ ਇਹ ਮੇਰਾ ਸਮਾਨ ਰਹਿ ਗਿਆ ਹੁਣ ਆਪਾਂ ਪੈਕ ਕਰਕੇ ਨਿਕਲਦੇ ਹਾਂ ਚਲੋ ਮਿਲਦੇ ਹਾਂ ਤੁਹਾਨੂੰ ਰਾਤ ਆਹ ਆਪਣੇ ਹੋਟਲ ਦੀ ਪਾਰਕਿੰਗ ਆ ਇੱਥੇ ਆਪਾਂ ਗੱਡੀ ਖੜਾਈ ਸੀ ਰਾਤੀ ਲਓ ਵੀ ਮਿੱਤਰ ਆਹ ਦੇਖੋ ਕਾਰਗਿਲ ਘੈਂਟ ਆ ਵੈਸੇ ਅੱਗੇ ਹੋਰ ਨਜ਼ਾਰਾ ਆਉਣਾ ਆਹ ਹੋਟਲ ਆ ਬਣਦਾ ਪਿਆ ਲੱਦਾਖ ਹੋਟਲ ਨਿਊ ਲੱਦਾਖ ਇਹ ਬਣਦਾ ਪਿਆ ਅਤੇ ਇੱਥੇ ਉਹੀ ਜਾਮ ਲੱਗਿਆ ਹੋਇਆ ਅਤੇ ਗੱਡੀ ਕੱਢਣ ਲੱਗੇ ਆ ਹਾਂਜੀ ਮਿੱਤਰੋ ਆਪਾਂ ਨਿਕਲ ਗਏ ਹੋਏ ਆ 11 ਵੱਜ ਗਏ ਅਤੇ ਹੁਣ ਰਸਤੇ 'ਚ ਮਿਲਦੇ ਆ ਕਿਤੇ ਤੁਹਾਨੂੰ ਵਧੀਆ ਜਗ੍ਹਾ 'ਤੇ ਲੋਕੇਸ਼ਨ ਆ ਕਹਿੰਦੇ ਇੱਧਰ ਲੇਹ ਤੋਂ ਕਾਰਗਿਲ ਤੋਂ ਲੇਹ ਦੇ ਰਸਤੇ ਵਿੱਚ ਲੋਕੇਸ਼ਨਾਂ ਬਹੁਤ ਨੇ ਉੱਦਾਂ ਤਾਂ ਕਹਿੰਦੇ 4 ਘੰਟੇ ਦਾ ਰਸਤਾ ਪਰ ਤੁਹਾਨੂੰ 8 ਘੰਟੇ ਲੱਗ ਜਾਣੇ ਰੁਕ ਰੁਕ ਕੇ ਜੇ ਜਾਓਗੇ ਅਤੇ ਜਾਵਾਂਗੇ ਰੁਕ ਰੁਕ ਕੇ ਕਿਉਂ ਜਸਪੀ ਵੀਰੇ ਹਰਮਨ ਕੀ ਕਰੀਏ ਅਤੇ ਹਾਂ ਵਧੀਆ ਵਧੀਆ ਚੀਜ਼ਾਂ ਹਰਮਨ ਕਹੀ ਜਾਂਦਾ ਵਧੀਆ ਵਧੀਆ ਸ਼ੋਟ ਲਊਂਗਾ ਵਧੀਆ ਵਧੀਆ ਕੀ ਫਾਇਦਾ ਇਹਦੇ ਵੀਡੀਓ ਕਰਨ ਦਾ ਚਲੋ ਤੁਹਾਨੂੰ ਦਿਖਾਉਂਦੇ ਹੁਣ ਕਾਰਗਿਲ ਦਿਖਾਉਂਦੇ ਰਸਤਾ ਲੱਭ ਲਓ ਉਹ ਦੇਖੋ ਵੀ ਇੱਦਾਂ ਦਾ ਕਾਰਗਿਲ ਆ ਜਿਹੜਾ ਕਾਰਗਿਲ ਦੀ ਸ਼ੁਰੂਆਤ ਹੈ ਇੱਕ ਤਰੀਕੇ ਨਾਲ ਮਤਲਬ ਕਿ ਕਾਰਗਿਲ ਤੋਂ ਲੇਹ ਦੀ ਸ਼ੁਰੂਆਤ ਹੋ ਜਾਂਦੀ ਹੈ ਇੱਕ ਤਰੀਕੇ ਨਾਲ ਵੀ ਪਤਾ ਲੱਗ ਜਾਂਦਾ ਵੀ ਲੇਹ ਆਉਣਾ ਸ਼ੁਰੂ ਹੋ ਗਿਆ ਹੈ ਹਾਂਜੀ ਦੱਸੋ ਇਹ ਹਲੇ ਜੰਮੂ ਕਸ਼ਮੀਰ ਹੀ ਆ ਅੱਛਾ ਜੰਮੂ ਕਸ਼ਮੀਰ ਆ ਲਦਾਖ ਟੈਰੀਟਰੀ ਅੱਗੇ ਚੱਲ ਰਹੀ ਹੈ ਨਹੀਂ ਮਤਲਬ ਲੇਹ ਦੀ ਫੀਲਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਸਟਾਰਟ ਹੋ ਜਾਂਦੀ ਹੈ ਹਾਂ ਮਤਲਬ ਕਿ ਮੱਡੀ ਜਿਹੜੇ ਪਹਾੜ ਨੇ ਨਾ ਹਾਂ ਬਸ ਉਦਾਂ ਦਾ ਕੁਝ ਮਿਲਣ ਲੱਗ ਜਾਂਦਾ ਪ੍ਰੋਪਰ ਸਵਾਪ ਕਰਨ ਲੱਗ ਗਿਆ ਓਏ ਹੋਏ ਲੋਕੇਸ਼ਨ ਦੇਖੋ ਬਈ ਓਏ ਹੋਏ ਹੋਏ ਉਹਨੇ ਆਪਾਂ ਸਹੀ ਪਾਤਾ ਯਾਰ ਹਨਾ ਕਾਰਗਿਲ ਸਿਟੀ ਕਿੰਨੀ ਘੈਂਟ ਚੀਜ਼ ਆ ਪੱਥਰ ਲੱਭ ਫਟਾਫਟ ਪੱਥਰ ਲੱਗ ਗਿਆ ਸਾਹਿਬ
ਵੱਡੇ ਭਾਜੀ ਕਹਿੰਦੇ ਮੈਂ ਨਹੀਂ ਜਾਣਾ ਨਹੀਂ ਕਹਿੰਦਾ ਬ੍ਰੈਡ ਆਮਲੇਟ ਖਾਣਾ ਹੁਣ ਬ੍ਰੈਡ ਲੈ ਕੇ ਆਉ ਲੈ ਦੱਸ ਜਾ ਫਿਰ ਪਿੱਛੇ ਬੈਠਾ ਹੁਣ ਮੈਨੂੰ ਬੈਲਟ ਖੋਲਣੀ ਪੈਣੀ ਆ ਮੈਂ ਓਏ ਹੋਏ ਕਿੱਡਾ ਵੱਡਾ ਕੰਮ ਆ ਨਾ ਮੇਰੇ ਹੀ ਤਾਂ ਵੇ ਜਿੱਲਾ ਮੈਂ ਤੈਨੂੰ ਪਤਾ ਨਹੀਂ ਆ ਦੇਖੋ ਲੋਕੇਸ਼ਨ ਆ ਮੋਬਲੇਕ ਆ ਸ਼ਾਇਦ ਮੋਬਲੇਕ ਜਗ੍ਹਾ ਬ੍ਰੈਡ ਮਿਲ ਜਾਏਗੀ ਜੀ ਸਾਲਾ ਨੇ ਹੋਟਲ ਚ ਭੇਜਤਾ ਉਤੋਂ ਬ੍ਰੈਡ ਲੈਣ ਹੁਣ ਕਦੇ ਦੁਕਾਨ ਤੋਂ ਲੈ ਕੇ ਆ ਆ ਹੈਗਾ ਬੁੱਧਾ ਦਾ ਟੈਂਪਲ ਆ ਸ਼ਾਇਦ ਇਹ हाँ बुद्धा का टेंपल ही है इतो पता करते हैं दो तीन किलोमीटर अगे जाके मिलूगी ब्रेड ये सारे होटल ने इन्हों को होगी इन्हें देनी भी नहीं लोकेशन देखो भाई किड्डिया घैंट ने यार देखो सामने घैंट जगह वा हाँ जी एक मिनट गरम मसाला किन्ने किन्ने हो गए 85 हो गए बीएमसी दो भाई 85 54 तनु पता प्री गड्डी ले के आई हां बोलो आ जाओ तनु याद होएगा जदे गड्डी ली सी हां ते मैं इदे ते एक लाया सीगा जसप्रीत वीरे दी फरमाइश ते आपां ए हैगे सॉस ते किटकैट इहदे नाल असीं की करांगे ए सस्पेंस रहेगा तुहानूं बाद च दस्सां ए मसाले जसप्रीत वीरे दी फरमाइश ते आ ते चलो आपां हुण जसप्रीत वीरे दी फरमाइश भगाती आ क्योंकि इन्हों की फरमाइश बहुत जरूरी है आ मोटे लिए मोटे तेरे लिए किट कट लिया देखियो ने खोल के एक बार मुँह पा लनी देख थे। हो आ देख अच्छा तो देख थे। की चावल दे तेरी भूआ जड़ी ओह ये तो उन्हें दी है तू चल ओ 1.5 किलो चॉकलेट खांदा कल्ला ही ये तेरा बिल बंदा हैं तेरा बिल बंदा ता ही एड्डा वड्डा होया होया ਕਿਵੀ ਬ੍ਰੈਡ ਆਪਾਂ ਨੂੰ ਘੁਮੇ ਦੀ ਭਈਆ ਬ੍ਰੈਡ ਦੇ ਦੋ ਕਿਤਨੇ ਕੀ ਇਹ ਲੋ ਭਈਆ फ्रेश है भैया लो भी मित्रों हरमन की ब्रैड मिल गई अपन हम आप जा रहे अगे फिर मैश भी पकाती है देख ला मिल गया ब्रैड चली चलो टैंड नहीं करनी मेरे मुड़े बड़ी चल जी तू टैंड करी है ना कभी कनेडा फोन मिला लिया कभी कितने फोन मिला लिया फिर बर्फ दिल तो पागल है ट्रक
बोले आप हम तुमने यही कही है ना, लोकेशन देखो आ लोकेशन देखो यार यार ਜਿਹੜੇ ਆ ਪਹਾੜ ਆ ਨਾ ਜਿਹੜੇ ਆ ਪਹਾੜ ਦਿਖਾਣਾ ਇਹ ਜਦੋਂ ਇਹ ਨੀਚੇ ਸੀਗੇ ਇਹ ਸਾਨੂੰ ਬਹੁਤ ਉੱਚੇ ਲੱਗਦੇ ਪਏ ਸੀ ਹਾਂ ਹੁਣ ਆ ਹਾਈਟ ਜਾਏਗਾ ਤੁਸੀਂ ਦੇਖ ਲਓ ਆ ਨੀਵੇਂ ਲੱਗਦੇ ਪਏ ਆ ਮਤਲਬ ਕਿ ਇਹਨਾਂ ਦੀ ਹਾਈਟ ਇਹ ਤੋਂ ਉੱਪਰ ਪਹਾੜ ਹੈ ਹੀ ਨਹੀਂ ਮਤਲਬ ਯਾ ਥੋੜੇ ਜਿਹੇ ਫੁੱਟ ਦੇ ਆ ਹਜੇ ਤਾਂ 16 ਦੇਖ ਲਓ ਸਾਹਿਬ ਨਜ਼ਾਰਾ ਦੇਖੋ ਯਾਰ ਇਹ ਜਗ੍ਹਾ ਕਿਹੜੀ ਆ ਸਾਨੂੰ ਇਹ ਨਹੀਂ ਪਤਾ ਇਹ ਲੋਕੇਸ਼ਨ ਬਹੁਤ ਜਗ੍ਹਾ ਕਿਹੜੀ ਆ कड़ाके दी ठंडी हवा चलती पई आ उदो बाद कहण दा मतलब मेरा यह है हर हर दो मिनट बाद पांच मिनट बाद लोकेशन चेंज हो रही है रास्ता ਤਾਂ ਘੈਂਟ ਹੈਗੀ ਆ ਮੌਸਮ ਵੀ ਚੇਂਜ ਹੋ ਰਿਹਾ ਕਦੀ ਧੁੱਪ ਆ ਜਾਂਦੀ ਆ ਕਦੀ ਛਾਂ ਆ ਜਾਂਦੀ ਆ ਹੁਣ ਕੜਾਕੇ ਦੀ ਧੁੱਪ ਆ ਗਈ ਆ ਦੇਖੋ ਰਾਈਡਰ ਆ ਕੇ ਰੁਕ ਗਏ ਇੱਥੇ ਸਾਨੂੰ ਦੇਖ ਕੇ ਰੁਕਿਆ ਅਤੇ ਟਰੱਕ ਵਾਲਿਆਂ ਨੂੰ ਦੇਖ ਕੇ ਰੁਕਿਆ ਚਲੋ ਵੀ ਚਲੋ ਕੰਮ ਚੱਲਦਾ ਪਿਆ ਤੇ ਇੱਥੇ ਹੋਰ ਸਿਸਟਮ ਨਹੀਂ ਹੈਗਾ ਸੜਕ ਟੁੱਟੀ ਹੋਈ ਆ ਤੇ ਸੜਕ ਟੋਆ ਪੈ ਗਿਆ ਸੜਕ ਨਹੀਂ ਬਣਾਉਣੀ ਇਹ ਸਾਰੀ ਆਰਮੀ ਦੇ ਅੰਡਰ ਆ ਟੋਇਆ ਵੀ ਪੈ ਗਿਆ ਨਾ ਆਰਮੀ ਦੇ ਅੰਡਰ ਆ ਸਾਰੀ ਹਣਾ ਟੋਇਆ ਵੀ ਪੈ ਗਿਆ ਨਾਲ ਦੀ ਨਾਲ ਉਹ ਕਲੀਅਰ ਕਰਾਉਂਦੇ ਆ ਨਾਲ ਦੀ ਨਾਲ ਸਾਨੂੰ ਮਤਲਬ ਕਿ ਕਸ਼ਮੀਰ ਤੋਂ ਬਾਅਦ ਆਪਾਂ ਨੂੰ ਕੋਈ ਟੋਇਆ ਨਹੀਂ ਦਿਖਿਆ ਕਿਉਂ ਵੀਰੇ ਸਾਰੀ ਸੜਕਾਂ ਪਲੇਨ ਆ ਤੇ ਜੇ ਕੋਈ ਖੱਡਾ ਖੁੱਡਾ ਆ ਵੀ ਜਾਂਦਾ ਜੇ ਕੋਈ ਕੁਛ ਵੀ ਇੱਦਾਂ ਦੀ ਦਿੱਕਤ ਆਉਂਦੀ ਆ ਨਾਲ ਦੀ ਨਾਲ ਆਰਮੀ ਵਾਲੇ ਕਲੀਅਰ ਕਰਾਉਂਦੇ ਆ ਇਹ ਸਭ ਤੋਂ ਘੈਂਟ ਚੀਜ਼ ਆ ਪ੍ਰੋਪਰ ਤਰੀਕੇ ਨਾਲ ਕੰਮ ਕਰਦੇ ਇੱਦਾਂ ਦੀ ਜਗ੍ਹਾ ਦੀ पहुंच गए नमिकाला नमलिका नमलिक लो भी मित्र आप पहुंच गए नमलिका पास तो आप हम इतने वीडियो तो फोटो फोटो खिचा के चलते साढ़े वर्गा गड्डी जाके थक जाता ये भाई साहब साइकिल से आया देख लो इंडिया का टूर कटन चलो वधिया गल हवा गड्डी तेज चलती है असं है नमलिका 12,198 अल्टीट्यूड 12,000 फुट हाइट दी हवा का प्रेशर बहुत तेज बन रही चलो कोई नहीं फोटो तो खिंच दो जसपी सिविले की अख च कुछ पै गया एनक लगी हुई थी आमलेट छत लगा मैं तो ज्यादा देर नहीं हुई बच गया बंदा बच गया बस यही हो गया बच गया नहीं मेरे मेरे हिसाब ना ओ पैंचो गड्डी पर ये गड्डी करके बोलो सेफ है भैया सारे चलो सारे सेफ हैं सीरियस है कहंदे सीरियस हां मैंने तो सेफ सुने वो
ਸੀਰੀਅਸ ਕਿਹਾ ਉਹਨੇ ਸਾਲੇ ਓਏ ਵੀਡੀਓ ਸੁਣ लो भी मित्रों नमलिका तो 5-7 किलोमीटर अगे आके आप इतने रुके हैं जगह देखो तो इतने हूँ आप ब्रैड आमलेट तो चिल्ला वगैरह बनावे बेसन का चिल्ला चुला बना रहे हैं तो आई थिंक पौने दो गए फिर अभी चले थे 11 बजे चले थे हूँ हो गए 10:45 100 किलोमीटर आ गए ना फिर आप कारगिल तो 80 आ गए होंगे वो तो वह चलो हाले अभी ब्रेकफास्ट भी और डिनर भी साढ़ा हूँ होना नहीं ब्रेकफास्ट तो लंच यही चलो सॉरी तो आ अपना सैटअप आप फिर उ ताम जाम ला के बह गए जसप्रीत भी साडा शेफ तो नाल ही साडा कैंड ड्राइवर तो हरमन साढ़े सारे काम करने वाला इस करके ओ गद्दे ले आने सी साले अंडे ना भन ली ओए अंडे ना भन ली साले हरमन की खाना भाई चोर लाया डब्बा ता लेके आ गाने वाला की है हरमन ओए लो भी मित्र अपना चिल्ला बना रहा जसवी वीरा 5 टमाटर कटा हूं हां जी अपनी ड्यूटी पे आ जाओ अपनी ड्यूटी मेरा रेडी हो गया हूं तुम कटे 1 मिनट ले आओ दे नमक मिर्च दे दे वीडियो नमक मिर्च कॉली भई सी ना दो चाहिए ये चल हाथ से कटी फिर बोले यार वही तो रौला गरम मसाला चल काम कर लिए घटो घट पहाड़ां दे विच चिल्ला ये भी नवी खोज करी है थी पूरा गोल गोल चिल्ला आवा सनी एक नंबर चिल्ला नजारे दा ਵਧੀਆ ਬਣਿਆ ਸੀ ਆਮਲੇਟ ਮੈਂ ਖਾਂਦਾ ਨਹੀਂ ਤੇ ਉਹਦਾ ਹਰਮਨ ਦੱਸ ਸਕਦਾ ਚਿੱਲਾ ਤਾਂ ਬਹੁਤ ਵਧੀਆ ਬਣਿਆ ਸੀਗਾ ਮੇਰੀ ਚਿੱਲਾ ਬਹੁਤ ਵਧੀਆ ਬਣਿਆ ਸੀ ਹੁਣ ਆਪਾਂ ਕਾਫੀ ਪਲਾਊਗਾ ਵੀਰ ਆਪਾਂ ਨੂੰ ਬੁਲਾ ਕੇ ਬਿਲਕੁਲ ਹਾਂ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਚਾਹੂੰਗਾ ਸਾਰੇ ਜਿਨ੍ਹਾਂ ਨੂੰ ਹਾਂ ਅਸੀਂ ਇੱਥੇ ਇਸ ਖੂਬਸੂਰਤ ਵਾਦੀਆਂ ਦੇ ਵਿੱਚ ਇਸ ਟਾਈਮ ਜਿਹੜੇ ਹੈਗੇ ਆ ਇਹ ਰੱਬ ਦੇ ਜਿਹੜੇ ਰੰਗ ਨੇ ਰੱਬ ਦੇ ਜਿਹੜੇ ਨਿਆਰੇ ਰੰਗ ਨੇ ਆਪਾਂ ਇੱਥੇ ਹੈਗੇ ਆ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਮੈਂ ਬੇਨਤੀ ਕਰਦਾ ਜਿਸ ਵੀ ਭਾਈ ਦੀ ਹੋਵੇ ਉਹ ਪਲੀਜ਼ ਆ ਕੇ ਲੈ ਜਾ चाक लियो
शेयर कर दियो वीर बन के मेरे सारे भरा। चलो जी आपां जांदे आ जी अगे तुहानू जगह दिखांदे जी कि खूबसूरत वादियां साडा वेट करदियां ने। हां ते आपां चलदे आ हुण। चंगा जी सारे नूं मिलदे आ एक ब्रेक के बाद। चंगा सत श्री अकाल। बंद कर दो जी बैटरी डाउन हुंदी आ। लो भी मित्रों खा पी लिया। हाँ जी मित्रों खा पी आप लिया हूँ हम तो आप निकलन लगे हैं। कि टाइम हो गया भी मेरे टाइम तो उही आ जिहड़ा रब ने दिखाया अपने नु अज दा दिन बहुत घड़ियां वाला जुड़िया आप सारे रे रात नु पुछना पौणा। हां 2:40 हो गए मतलब कि आपां नु तकरीबन पौणा घंटा आप इत्थे स्टे करया भी। हां जी पौणे 2 बजे आप इत्थे आए ते 2:30 बज गए। पौने 2 घंटे निकल लगे। आप ले जाना अच्छे मिलते हैं।